ਕਵੀ ਤੇ ਫਨਕਾਰ ਆਏ ਨੇ। ਦਿਲੋਂ ਸਵਾਗਤ ਦੁਬਾਰਾ ਕਰਦਾ ਵਾਂ ਮੇਰੇ ਛੋਟੇ ਵੀ ਪਾਲ ਪਤਰਿਆਂ ਵਾਲਾ ਬਣ ਗਿਆ। ਧਰਮਾ ਧਰਮੇ ਧਰਮ ਪਾਲ ਨਾਮ ਮਾਪੇ ਰਾਖ ਬਣਾਉਂਦੇ ਸੀ। ਧਰਮਾ ਧਰਮੇ ਧਰਮ ਪਾਲ ਨਾਮ ਮਾਪੇ ਰਾਖ ਬਣਾਉਂਦੇ ਸੀ। ਪਾਲ ਪਲਾਲੀ ਪਾਲੀ ਗਏ ਕਈ ਸੱਜਣ ਚਿੱਤ ਪਰਚਾਉਂਦੇ ਸੀ। ਪਾਲ ਪਲਾਲੀ ਪਾਲੀ ਗਏ ਕਈ ਸੱਜਣ ਚਿੱਤ ਪਰਚਾਉਂਦੇ ਸੀ। ਲਿਖਣ ਗਾਉਣ ਦਾ ਸ਼ੌਂਕ ਲਾ ਦਾ ਕਈ ਸੱਜਣ ਖਰਿਆਂ ਖੋਟਿਆਂ ਨੇ ਪੱਤਰਿਆਂ ਵਾਲਾ ਪਾਲ ਬਣਾ ਦਾ ਦੱਸਿਆ। ਬਹੁਤ ਹੀ ਸਤਿਕਾਰਯੋਗ ਕਰਨਲ ਦਿਲਬਾਗ ਸਿੰਘ ਜੀ। ਇੱਕ ਸ਼ੀਰ ਖਾਰ ਸਿਫਰ ਕੋ ਯੂੰ ਯੂੰ ਸ਼ਊਰ ਹੋ ਚਲਾ, ਜਿਤਨਾ ਖੁਦਾ ਕੇ ਪਾਸ ਤਾ ਉਤਨਾ ਹੀ ਦੂਰ ਹੋ ਚਲਾ। ਮੋਦੀ ਲਾਲਾ ਕਰੇ ਚਲਾਕੀ, ਝੱਕੀ ਪਾ ਕੇ ਰੱਖਦਾ ਖਾਕੀ, ਗੱਲੀ ਪਾਉਂਦਾ ਸਿਆਣਿਆਂ ਨੂੰ, ਨਿੱਤ ਰਵਾ ਕੇ ਦੌੜਦਾ ਨਿਆਣਿਆਂ ਨੂੰ। ਕਹਿੰਦਾ ਗੱਲ ਹੈ ਇੱਕ ਵਾਰ ਦੀ ਭਾਈ, ਖੁਸ਼ੀਆਂ ਦੇ ਵਿੱਚ ਫਿਰੇ ਲੁਕਾਈ, ਤਿਉਹਾਰ ਲੋਹੜੀ ਦਾ ਆਇਆ, ਮੁੰਡੇ ਕੁੜੀਆਂ ਰਲ ਕੇ ਗਾਇਆ, ਲੋਹੜੀ ਆਈ ਲੋਹੜੀ ਆਈ ਖੁਸ਼ੀਆਂ ਦੇ ਪਾਈ। ਪਹੁੰਚੇ ਮੋਦੀ ਦੀ ਹੱਦੀ ਪਾਸ, ਕੇਸਰ ਸੁੱਟ ਦਿੱਤਾ ਗਲਾਸ, ਗਲਾਸ ਚੋਂ ਤੁਲ ਗਿਆ ਸਾਰਾ, ਬੈਠਾ ਹੋ ਕੇ ਮੋਦੀ ਵਿਚਾਰਾ, ਪਾਇਆ ਜਿਹੜਾ ਦੁੱਧ ਸੀ ਮਿਲਦਾ, ਚਾਹ ਪੀ ਕੇ ਸੀ ਮੋਦੀ ਹਿਲਦਾ, ਉਦੋਂ ਹੀ ਗੁਣ ਰਹਿ ਗਿਆ, ਮੋਦੀ ਲੰਮਾ ਪੈ ਗਿਆ ਤੇ ਮੋਦੀ ਲੰਮਾ ਪੈ ਗਿਆ। ਸੌਂਦੇ ਦੀ ਹੱਟੀ ਤੋਂ ਲੈ ਪੱਤਾ ਚਿੜਚਿੜਦਾ, ਬਾਰੇ ਦੇ ਕੁੱਤੇ ਜੀ ਮਨ ਮੂੰਹ ਚਲਾ ਦਿੱਤਾ, ਢਾ ਭੱਠੀ ਅਤਰੋਂ ਦੀ ਭਰ ਚੌਕੇ ਚੁੱਲ੍ਹੇ ਨੂੰ, ਬਾਰੇ ਦੇ ਗੂਣੇ ਨੂੰ ਜਾ ਲਾਂਬੂ ਲਾ ਦਿੱਤਾ। ਬਾਰੇ ਦੇ ਬਾਪੂ ਨੇ ਫੜ ਝੱਗਾ ਖੱਦਰ ਦਾ, ਫਿਰ ਜਨਕੇ ਉੱਤੇ ਜੋ ਸੀ ਜੂਤ ਭਰਾ ਦਿੱਤਾ, ਜਨਕੇ ਦੇ ਸੁਧਰ ਦਾ ਜੋ ਘੋੜਾ ਮੌਕਾ ਸੀ ਜੱਗੂ ਦੇ ਖੇਤਰਾਂ ਨੇ ਉਹ ਵੀ ਖਿਸਕਾ ਦਿੱਤਾ। ਉਹ ਜੱਗੂ ਜਨਕੇ ਨੇ ਬਾਅਦ ਕਦਮ ਕੀਤਾ ਸੀ, ਅੱਠਵੀਂ ਜਮਾਤ ਪੜ੍ਹਦੇ ਨੇ ਸਾਡੇ ਨਾਲ ਪੜ੍ਹਦਾ ਸੀ। ਮੇਰੀ ਤਬੀਅਤ ਖਰਾਬ ਹੈ, ਲੋਕੋ ਨੇ ਪੂਛ ਪੂਛ ਕੇ ਬਿਮਾਰ ਕਰ ਦਿਆ, ਇਹ ਅਫਵਾਹ ਸੀ ਕਿ ਮੇਰੀ ਤਬੀਅਤ ਖਰਾਬ ਹੈ, ਲੋਕਾਂ ਨੇ ਪੂਛ ਪੁੱਛ ਕੇ ਬਿਮਾਰ ਕਰ ਲਿਆ। ਮੇਰੀ ਦੋ ਗੱਲ ਕੀ ਕਬਰ ਹੀ ਸਹੀ, ਲੇਕਿਨ ਮੇਰੀ ਮਲਕੀਅਤ ਜੋ ਹੈ ਇਹ ਮੌਤ ਕੋ ਨੇ ਮੇਰੇ ਜ਼ਿੰਦਾ ਕਰ ਲਈ। ਗੋਰਾ ਜੀ ਮੈਂ ਕਿਸੇ ਦੇਖੋ ਖੁਦਾ ਕੀ ਬੰਦਗੀ, ਮੈਂ ਕਿਸੇ ਦੇਖੋ ਖੁਦਾ ਕੀ ਬੰਦਗੀ, ਸਭੀ ਲੋਕ ਆਪਣੇ ਆਪਣੇ ਖੁਦਾ ਵੀ ਇਹ ਦੱਸੇ, ਵਹੀ ਲੋਕ ਜੋ ਕਹਿਤੇ ਹੈ ਕਿ ਖੁਦਾ ਏਕ ਹੈ, ਵਹੀ ਮੰਦਰ ਬਸੇ ਤੋ ਮੈਂ ਦੁਆਰਾ ਵੀ ਇਹ ਬੈਠੇ ਗਵੇ ਆਤੀ ਫਿਰ ਕਹਿ ਦੋ ਰਾਇ ਆਮ ਪਰ ਨਾ ਪਹੁੰਚੇ, ਮੁਝੇ ਖੌਫ ਹੈ ਕਿ ਇਹ ਤੁਹਮਤ ਮੇਰੇ ਨਾਮ ਪਰ ਨਾ ਪਹੁੰਚੇ। ਮੈਂ ਨਜ਼ਰ ਕਹਿੰਦੀ ਰਾਹ ਦਾ ਕਿ ਇਹ ਦਿਲ ਨੇ ਬਾਦ ਦੁਆ ਦੀ, ਮੈਂ ਨਜ਼ਰ ਕਹਿੰਦੀ ਰਾਹ ਦਾ ਮੇਰੇ ਦਿਲ ਨੇ ਬਾਦ ਦੁਆ ਦੀ, ਤੇਰਾ ਹੱਥ ਜ਼ਿੰਦਗੀ ਭਰ ਜਾਮ ਤੱਕ ਨਾ ਪਹੁੰਚੇ। ਮੁਬਾਰਕ ਪਰ ਐਸੀ ਵੀ ਬੇਰੁਖੀ ਕਿਹਾ ਕਿ ਸਲਾਮ ਤੱਕ ਨਾ ਬਣੇ। ਜੋ ਨਕਾਬ ਲੋਕ ਉਠਾਇਆ, ਜੋ ਲੋਕ ਨਕਾਬ ਲੋਕ ਉਠਾਇਆ ਤੋ ਜੇ ਕੈਦ ਵੀ ਲਗਾ ਦੇ ਉਠੇ ਹਰ ਨਗਾ ਦੇਖਣ ਕੋਈ ਬਾਂਹ ਤੱਕ ਨਾ ਬਣ। ਜੋ ਘਰ ਮਿਲੇ ਆਵਦਾਨਾ ਤੋ ਕਿਉਂ ਕੋਈ ਬਾਂਹ ਤੱਕ ਨਾ ਬਣ। ਇਹ ਤਾਂ ਇਹ ਗਜ਼ਲ ਹੈ ਇਸ ਬਗੈਰ ਬਹੁਤ ਹੀ ਜਵਾਨੀ ਸ਼ਰਦਾਨੀ ਦੇ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਸੁਕਰਾਨਾ ਸੁਰਬੀ ਪ੍ਰੋਡਕਸ਼ਨਸ ਸੁਕਰਾਨਾ ਸ਼ੌਂਕੀ ਕੰਬੋਜ ਸਾਹਿਬ। ਹੋਤਾ ਹੈ ਤੇਰੇ ਹਿਜਰ ਮੇ ਦਿਲ ਔਰ ਤੇਰੇ ਪਾਸ, ਖਿਲਤੇ ਹੈ ਬਹੁਤ ਧੂਪ ਮੇ ਮੈਂ ਔਰ ਅਮਰ ਦਾਸ, ਮੈਂ ਜੈਸੇ ਸਦਾ ਧੀਰ ਵੀ ਲਰਜ਼ਾ ਰਹੇ ਤਾ ਦੇਰ, ਤੂੰ ਜੈਸੇ ਕੇ ਲਹਿਰੋਂ ਮੇ ਹੋ ਇੱਕ ਅਕਸ ਕਾ ਅਹਿਸਾਸ, ਤੇਰੀ ਆਂਖੇ ਸਾਥ ਸਾਥ ਆਤੀ ਹੈ ਹਮ ਜਾਏ ਕਹੀਂ, ਤੇਰੀ ਆਂਖੇ ਸਾਥ ਸਾਥ ਆਤੀ ਹੈ ਹਮ ਜਾਏ ਕਹੀਂ,
जब जरा फुर्सत हो बल्कि चूम लेते हैं। हम अकेले हो तो तेरे और भी होते हैं पास, गुनगुनाते हैं तो जैसे मुस्कुराती हो तुम्ही। हम अकेले हो तो तेरे और भी होते हैं पास, गुनगुनाते हैं तो जैसे मुस्कुराती हो तुम्ही। हम तसव्वुर में थे तेरे, हम नहीं थे फोन पर, मीठी मीठी बातें किसके संग अरे बाबा नहीं। अरे क्या बात है, इन अमल उतासों की पत्तियां जब बरसती हैं जनाब, ताजा हो जाती हैं बातें आंखों आंखों में कहीं। दुनिया बदली, दौर बदला, और कुछ कुछ मैं भी बदला। क्या बात, दुनिया बदली, दौर बदला, और कुछ कुछ मैं भी बदला। बस नहीं बदली तेरी आंखें ये गोटी बोल रही, बस नहीं बदली तेरी आंखें ये गोटी बोल रही। एक छोटी बहन के चंद अशआर। दाग किस किस तरह छुपाते हैं, दाग किस किस तरह छुपाते हैं, खाओ बेदाग खुद बताते हैं। दाग किस किस तरह छुपाते हैं, खाओ बेदाग खुद बताते हैं। जाने हम किस सतह पे होते हैं, जाने हम किस सतह पे होते हैं, तुमको लगता है मुस्कुराते हैं। बहुत बहुत शुक्रिया। जो किसी नूं परेशान कर देवे ना करिए कदे अजिहा माहौल, सब नूं जी कह बुलाइए ना बुलगे कदे विकौड़ा बोल। निम्रता रखिए दिल दे विच गहना है ये अनमोल, गहना प्यार दा धारण करके मन नूं करिए शुद्ध निरोल। गहना प्यार दा धारण करके मन नूं करिए शुद्ध निरोल, मिठे बोल सब नूं बोलना मन अपने नाल करिए कौल। जीवन दे विच अपना लईए सब नूं पौंदे मिठे बोल, जीवन दे विच अपना लईए सब नूं पौंदे मिठे बोल। मिठा मिठा बोलदा ए जो कामयाब हुंदा ओ व्यापारी, ए सफलता कदम चुमदी ए वधिया चलदी दुकानदारी। मिठा मिठा बोलदा ए जो कामयाब हुंदा ओ व्यापारी, ए सफलता कदम चुमदी ए वधिया चलदी दुकानदारी। ए मिठे बोल हर थां बोलगे दुकान जां दफ्तर सरकारी, ए मिठे बोल हर थां बोलगे दुकान जां दफ्तर सरकारी। ए मिठे बोलां दा बोल जरूर पैंदा मिठे बोल पर पकारी, ए मिठे बोल होण जिस दे अंदर करम साहब, मिठे बोल होण जिस दे अंदर तोला ना सके है उन बोल। जीवन दे विच अपना लईए सब नूं पौंदे मिठे बोल। गुण ते सिफत कुछ नहीं पल्ले, अवगुण बेशुमार ने, दिल विच निम्रता नहीं है नफरत दे अंगियार ने। फिर भी उच्चे होने चाहते वेखो बंदे किन्ने होशियार ने, फिर भी उच्चे होने चाहते वेखो बंदे किन्ने होशियार ने। कृपा दे सागर तू बख्श दे अभिमान नाल जो बीमार ने, कृपा दे सागर तू बख्श दे अभिमान नाल जो बीमार ने। मंगे को मंगता है सुखी, मंगे को मंगता है सुखी, सतगुर रहमत दे दरवाजे खोल। जीवन दे विच अपना लईए सब नूं पौंदे मिठे बोल। देखा है जिंदगी को हमने करीब से, बात बनती नहीं सिर्फ नसीब से। होते नहीं ख्वाब पूरे, होते नहीं ख्वाब पूरे खोखले इरादों से, के चलती नहीं जिंदगी मरे हुए वादों से। के मंजिल को पाना आसान नहीं है, के मंजिल को पाना आसान नहीं है, क्योंकि चलते हैं लोग मगर दिशा का ज्ञान नहीं है। और होंगे इस महफिल में कुछ ऐसे भी, माफ करना भाइयों शब्द कठिन है, और होंगे इस महफिल में कुछ ऐसे भी जो सांस तो ले रहे हैं पर जान नहीं है। पर कदम कदम पर यही पाया है, पर कदम कदम पर यही पाया है, गुरुओं ने किताबों ने यही सिखाया है कि करना है अगर चमत्कार, कि करना है अगर चमत्कार तो भीतर से मजबूत होना होगा। अपनी आती जाती श्वासों में उत्साह का प्रवाह भरना होगा, और परिस्थितियां अनुकूल रहें या ना रहें, परिस्थितियां अनुकूल रहें या ना रहें, दृष्टिकोण
को मजबूत बनाना होगा और अपने इस चरित्र को सूर्य सा चमकाना होगा, तभी तो जीवन की इस वाटिका में खुशबू आएगी, तुम्हारी हर बात में, आत्मसम्मान की झलक आएगी और बुलाने की जरूरत नहीं है दोस्तों, ये दुनिया खुद तुम्हारे चरणों में झुक जाएगी। बहुत धन्यवाद शौकी जी इस आयोजन के लिए। रवि आलमशाह, मैं ता इको दुनिया दा कड्या नचोड़े, ओही बस यार तेरा जिनों तेरी लोड़े, एक भी ना लपना जो होवे सच्ची अपना, मुल्क च बंदा सवा 150 करोड़, पता भी ना लगे खरा कदों खोटा बन के, फुल भी नहीं तोड़दा जो दिंदा दिल तोड़े, परी सी जे बोतल ता जान तो प्यारी सी, खाली हुंदे सार दित्ती ठेडा मार रोड़े, रुतबे ते जेबां नाल प्यार वफादारियां, कईयां दा ही वेख्या मैं थान ते ना जोड़े, केड़े रवि आलम शाह चक्करां च पै गया, मुड़ी चल तू ही आउंदा जिधर नूं मोड़े, मैं ता इको दुनिया दा कड्या नचोड़े, ओही बस यार तेरा जीनो तेरी लोड़े। बहुत बहुत धन्यवाद। शमशेर काफर, रब्बा साडी जिंदगी दा तू मजाक ही उड़ाया, सानू आम लोकां वांग कादों बंदे तू बनाया, सानू नहीं तेरे जिते सोहने चेहरे की लोड़, सानू नहीं वास्ते मापियां दे वेड़ियां की लोड़, सानू नहीं बीवी बच्चे खुशी खेड़िया की लोड़, सानू नहीं दुध मलाई खोए पेड़िया की लोड़, सानू तो चिट्टा दे समय की मिले, ये साडा सरमाया, सानू आम लोकां वांग कदों बंदे तू बनाया, साडे वर्गे महापुरशां की अपने आप को महापुरुष समझते हो, साडे वर्गे महापुरुषों की टोली है एक जुड़ी, सोना चांदी भस्मां तो भी वध है साडी पुड़ी, घर जमीन राबता गहने उपर तोड़े बुढ़ा ते बुढ़ी, असी भी खाते पीते जाना एवें जाइए कदों झुरी, असी सफाई पसंद हाँ, तो करी जाने सफाया, सानू आम लोकां वांग कदों बंदे तू बनाया, कहिंदा रब्बा साडे सिर विच उहनूं तजवीज़ दसदे आ रब नूं वी, कहिंदा रब्बा साडे सिर विच किते इक पीएची तू लगा दिंदा, जिहनूं थोड़ा जिहा घमाउंदे सानूं कमला जिहा बना दिंदा, कहिंदा फिर तां जांदी चिंता ही मुक, जे चरस दी धुनी ला दिंदा ते उधरों ब्रह्मा दिंदा वर सानू, किते अफीम दी लंका बना दिंदा, कहिंदा रब्बा तू साडे हिसाब नाल इह क्यों नहीं संसार बनाया, सानू आम लोकां वांग कदों बंदे तू बनाया, रब्बा एवें गुस्सा ना तू करी, इस विच तेरा नहीं कसूर, बेरुजगारी ते भुखमरी ने सानू कर दित्ता मजबूर, गंद पिंड असीं खाई जाइए साथों तां चंगे सूर, अंदरों अंदरी असीं तड़फदे हुण हो गए चकना चूर, अगे तोरा देईए उड़ा पा, सानू गाफिल ने समझाया, सानू आम लोकां वांग ही सी तू बंदे तू बना, तोपे पल पल रह गईयां अखियां, तैनू मनो मसावी दे सजना, ए मेरी फुलकारी, रीचां दे नाल कत्या कट्या, रीचां नाल परोई, दाती अम्मी प्यार च रंग के हंझुआं विच डबोई, सखियां नाल के तारां तरां कीती खूब त्यारी वे सजना, ए मेरी फुलकारी वे सजना, ए मेरी फुलकारी, ए मेरी
मेरी फुलकारी रे सजना ए मेरी फुलकारी इस विच अणखुशी ही काली है इस विच शान पंजाबण दी इस विच मुड़का किरती दा है इस विच मड़क मजातण दी रंग एदे नूं वेख के टेड़िया तोवा करन लारी ए मेरी फुलकारी रे सजना ए मेरी फुलकारी तोपे पर पर रह गईयां अखियां तैं को मनो वसारी ए मेरी फुलकारी रे सजना ए मेरी फुलकारी ए खुशियां दा गहना चन रे हर शादी ते वरती दा ए खुशियां दा गहना चन रे हर शादी ते वरती दा सावां अते फकीरां नूं वे रंग चढ़ाउंदी मस्ती दा सावां अते फकीरां नूं वे रंग चढ़ाउंदी मस्ती दा हर मुल्क विच सोभण दी दुनिया ते सरदारी दे सजना ए मेरी फुलकारी दे सजना ए मेरी फुलकारी तोपे पर पर रह गईयां अखियां तैं को मनो वसारी दे सजना ए मेरी फुलकारी दे सजना ए मेरी फुलकारी मक्खन माणिया तूं की जाने एहो दिया सगतां नूं मक्खन माणिया तूं की जाने एहो दिया सगतां नूं ए डेरां विच चानण करदी कालियां गोरियां रातां नूं ए डेरे विच चानण करदी कालियां गोरियां रातां नूं इस देर च मैं सांभ के रखणी हुस्नां दी पटारी वे सजना ए मेरी फुलकारी वे सजना ए मेरी फुलकारी ए मेरी फुलकारी वे सजना ए मेरी फुलकारी तोपे पल पल रह गईयां अखियां तैं को मनो वसारी ए मेरी फुलकारी वे सजना ए मेरी फुलकारी ए मेरी फुलकारी वे सजना ए मेरी फुलकारी आओ जी मीसा कुछ तरस करो कुछ रहम करो छड़ झगड़े शांति चैन करो इने झूठे ताजा तख्ता लई मैनू खून च रंगी जाने मैं धरती सब दी मां समझी क्यों मैनू वंडी जाने मैं इको ही मां सब दी हां कादर दी इस कुदरत में तैनू खुद जा पैदा कीता है पर तू इस जामे दे बदले दस कियों दे लई कीता है उदे रंग विच रंगियां जिंदा नूं रंग विच रंगियां जिंदा बन बेशी डंगी जाने मैं धरती सब दी मां समझी क्यों मैनू वंडी जाने मैं इको ही मां सब दी हां मैनू खून च रंगी जाने आह चारे पासे जो तखा चारे पासे जो किस जमे ते किस जाए ने ना वरत के गुरुआं पीरां दे तैं की धर्म बनाए ने इन्हां भोलियां भालियां शकलां नूं इन्हां भोलियां भालियां शकलां नूं नसलां च गंढी जाने मैं धरती सब दी मां समझी क्यों मैनूं वंडी जाने
ਮੈਨੂੰ ਖੂਨ ਚ ਰੰਗੀ ਜਾਣੇ ਹੋ ਇਹ ਪਰਬਤ ਡੂੰਘੀਆਂ ਘਾਟੀਆਂ ਜੋ ਤੂੰ ਪੁੱਟ ਰਿਹਾ ਜੋ ਪੂਰੇ ਇਹ ਝੂਠੇ ਮਾਨ ਬੁਲੰਦੀਆਂ ਨੇ ਤੂੰ ਹੋ ਕਾਦਰ ਤੋਂ ਦੂਰ ਹੈ ਜੋ ਕੁੱਲ ਨੂੰ ਦਿੰਦੇ ਸਾ ਜੀਵਨ ਜੋ ਕੁੱਲ ਨੂੰ ਦਿੰਦੇ ਸਾ ਜੀਵਨ ਉਹਨਾਂ ਨੂੰ ਰੰਬੀ ਜਾਂਦੇ ਹੋ ਮੈਂ ਧਰਤੀ ਸਭ ਦੀ ਮਾਂ ਸਮਝੀ ਕਿਉਂ ਮੈਨੂੰ ਵੰਡੀ ਜਾਂਦੇ ਹੋ ਕਰ ਲਿਆ ਤਜਰਬਾ ਤੂੰ ਮੇਰਾ ਹੋ ਮੈਨੂੰ ਵੰਡ ਕੇ ਸਨ ਸੰਤਾਲੀ ਨੂੰ ਦੋ ਭਾਈ ਦੁਸ਼ਮਣ ਬਣ ਬੈਠੇ ਉਮਰਾਂ ਦੀ ਭੁੱਲ ਪਿਆਲੀ ਨੂੰ ਤਾਈਓ ਤੇ ਉਸ ਭੁੱਲ ਹੋਈ ਨੂੰ ਤਾਈਓ ਤੇ ਤੂਤਾਂ ਵਾਲਿਆ ਵੇ ਕਰ ਗਲਤੀਆਂ ਪੇ ਪਛਤਾਨੇ ਹੋ ਮੈਂ ਧਰਤੀ ਸਭ ਦੀ ਮਾਂ ਸੰਜੀ ਕਿਉਂ ਮੈਨੂੰ ਵੰਡੀ ਜਾਂਦੇ ਹੋ ਮੈਨੂੰ ਆਪਣੀ ਦਰਦ ਕਹਾਣੀ ਅੱਜ ਖੁਦ ਸੁਣਾਉਣੀ ਪੈ ਗਈ ਏ ਮੈਂ ਮੰਗਦਾ ਉਸ ਤੋਂ ਪਿਆਰ ਰਿਹਾ ਕਰਦਾ ਇਨਕਾਰ ਨਾ ਉਹ ਥੱਕਿਆ ਅੱਜ ਹਾਸੇ ਹੰਝੂਆਂ ਗਮਾਂ ਦੀ ਮੈਨੂੰ ਭੇਟ ਚੜਾਉਣੀ ਪੈ ਗਈ ਏ ਮੈਨੂੰ ਆਪਣੀ ਦਰਦ ਕਹਾਣੀ ਅੱਜ ਖੁਦ ਸੁਣਾਉਣੀ ਪੈ ਗਈ ਏ ਮਿਹਰਬਾਨੀ ਚਮਨ ਸੇ ਬੇਖਬਰ ਹੈ ਚਮਨ ਕੇ ਬਾਗਬਾਨ ਕਿਤਨੇ ਦਲੀਲੋਂ ਪਰ ਦਲੀਲੇ ਹੈ ਔਰ ਬਿਆਨੋਂ ਪਰ ਬਿਆਨ ਕਿਤਨੇ ਚਮਨ ਸੇ ਬੇਖਬਰ ਹੈ ਚਮਨ ਕੇ ਬਾਗਬਾਨ ਕਿਤਨੇ ਦਲੀਲੋਂ ਪਰ ਦਲੀਲੇ ਹੈ ਔਰ ਬਿਆਨੋਂ ਪਰ ਬਿਆਨ ਕਿਤਨੇ ਖਰਾ ਉਤਰੇਗਾ ਕਿਆ ਕੋਈ ਮੁਹੱਬਤ ਕੀ ਕਸੌਟੀ ਪਰ ਖਰਾ ਉਤਰੇਗਾ ਕਿਆ ਕੋਈ ਮੁਹੱਬਤ ਕੀ ਕਸੌਟੀ ਪਰ ਸਬਕ ਦੇਤੇ ਹੈ ਇਮਾਨ ਕਾ ਯਹਾਂ ਪਰ ਬੇਈਮਾਨ ਕਿਤਨੇ ਚੜਾਕਰ ਫੂਲ ਮਲਾਏ ਅਸੂਲੋਂ ਕੀ ਮਜ਼ਾਰ ਪਰ ਸਬਕ ਦੇਤੇ ਹੈ ਇਮਾਨ ਕਾ ਯਹਾਂ ਪਰ ਬੇਈਮਾਨ ਕਿਤਨੇ ਚੜਾਕਰ ਫੂਲ ਮਲਾਏ ਅਸੂਲੋਂ ਕੀ ਮਜ਼ਾਰ ਪਰ ਕਸਮ ਖਾਕਰ ਮੁਕਰ ਜਾਤੇ ਹੈ ਨਾ ਜਾਣੇ ਮੀਰੇ ਕਾਰਵਾਂ ਕਿਤਨੇ ਜ਼ਰੂਰਤ ਹੈ ਮੁਹੱਬਤ ਕੀ ਦਿਆਨਤ ਕੀ ਸਦਾਕਤ ਕੀ ਫਿਰ ਨਾ ਜਾਣੇ ਝੁਕੇਗੇ ਆਪਣੇ ਆਗੇ ਆਸਮਾਂ ਕਿਤਨੇ ਫਿਰ ਨਾ ਜਾਣੇ ਝੁਕੇਗੇ ਆਪਣੇ ਆਸਮਾਂ ਕਿਤਨੇ ਬਹੁਤ ਹੁਸ਼ਿਆਰ ਰਹਿ ਕਰ ਵੀ ਹਮ ਤੋ ਖਤਾ ਖਾ ਗਏ ਅਕਸਰ ਵਤਨ ਕੋ ਲੂਟਨੇ ਵਾਲੇ ਹੈ ਨਾ ਜਾਣੇ ਹਮਾਰੇ ਦਰਮਿਆਂ ਕਿਤਨੇ ਵਤਨ ਕੋ ਲੂਟਨੇ ਵਾਲੇ ਹੈ ਨਾ ਜਾਣੇ ਹਮਾਰੇ ਦਰਮਿਆਂ ਕਿਤਨੇ ਯੁਗੋ ਯੁਗੋ ਤੱਕ ਸਦਾ ਰਹੇਗਾ ਤੇਰਾ ਨਾਮ ਸੁਨਾਮ ਤੋਤਾ ਰਹਿਮਰ ਫਾਜ਼ਲ ਕਾ ਹੈ ਇਸ ਕੀ ਪਹਿਚਾਨ ਜ਼ਿਆ ਬਰਾ ਤੋ ਦੇਸ਼ ਕੀ ਖਾਤਿਰ ਰਹੇਗਾ ਦੇਸ਼ ਗੁਲਾਮ ਤੇਰੀ ਸਮ੍ਰਿਤੀ ਕੋ ਹੋਏ ਮਹਾਮਾਨਵ ਤੇਰੀ ਸਮ੍ਰਿਤੀ ਕੋ ਹੋਏ ਮਹਾਮਾਨਵ ਸ਼ਤ ਸ਼ਤ ਪ੍ਰਣਾਮ ਸ਼ਤ ਸ਼ਤ ਪ੍ਰਣਾਮ ਬਹੁਤ ਹੀ ਮਾਨਯੋਗ ਕਵੀ ਸਾਹਿਬ ਸਾਡੇ ਸਿੱਖਾਂ ਸਾਹਿਬ ਕਰਨਲ ਸਾਹਿਬ ਸਾਡੇ ਫਾਜ਼ਿਲਕਾ ਤੋਂ ਆਏ ਸੁਨਾਮ ਰਾਏ ਜੀ ਦੇ ਪਰਿਵਾਰ ਦੇ ਮੈਂਬਰ ਸਾਹਿਬਾਨ ਮੈਂ ਅੱਜ ਤੁਹਾਨੂੰ ਬਹੁਤ ਬਹੁਤ ਚੜ੍ਹਦੇ ਜੀ ਆਇਆਂ ਕਹਿਣਾ ਕਿ ਬਹੁਤ ਹੀ ਸਾਨੂੰ ਮਾਣ ਬਖਸ਼ਿਆ ਸ਼ੌਕੀ ਕੰਬੋਜ ਜੀ ਨੇ ਜਿਨ੍ਹਾਂ ਨੂੰ ਸਾਨੂੰ ਸੱਦ ਕੇ ਇੱਥੇ ਸਾਨੂੰ ਮਾਣ ਦਿੱਤਾ ਅਤੇ ਮੈਂ ਤੁਹਾਡਾ ਵੀ ਅਤੀ ਧੰਨਵਾਦੀ ਹਾਂ ਵੀ ਥੋੜ੍ਹੇ ਸਮੇਂ 'ਚ ਤੁਸੀਂ ਜਿੰਨਾ ਰੰਗ ਬੰਨਿਆ ਉਹ ਅਸੀਂ ਯਾਦ ਰੱਖਾਂਗੇ ਅਤੇ ਕੋਸ਼ਿਸ਼ ਕਰਾਂਗੇ ਅਸੀਂ ਹਰ ਸਾਲ ਇਹੋ ਜਿਹਾ ਪ੍ਰੋਗਰਾਮ ਕਰਵਾਉਂਦੇ ਰਹੀਏ ਸ਼ੌਕੀ ਕੰਬੋਜ ਦੇ ਨਾਲ ਖੜੇ ਰਹੀਏ ਸ਼ੌਕੀ ਕੰਬੋਜ ਕਿਹੋ ਜਿਹੀ ਚੀਜ਼ ਹੈ ਸ਼ਖਸੀਅਤ ਹੈ ਇਹ ਹਰ ਦੋ ਚਾਰ ਮਹੀਨਿਆਂ ਮਗਰੋਂ ਕੋਈ ਨਾ ਕੋਈ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਇਕੱਠੇ ਕਰਦਾ ਰਹਿੰਦਾ ਅਤੇ ਇਸ ਦੇ ਇਹ ਸ਼ਖਸੀਅਤ ਨੂੰ ਅਸੀਂ ਸਾਰੇ ਪ੍ਰਣਾਮ ਕਰਦੇ ਹਾਂ ਮੇਰੇ ਬੰਦੀਆਂ ਤੁਹਾਨੂੰ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਔਰ ਇਨਸਾਨ ਇਨਸਾਨ ਬਨ ਆਪਣੇ ਅੰਦਰ ਕੀ ਤਹਿ ਕੋ ਛਾਕ ਆਪਣੇ ਸਰੀਰ ਕੀ ਤਹਿ ਕੋ ਛਾਕ ਆਪਣੇ ਮਨ ਕੀ ਤਹਿ ਕੋ ਛਾਕ ਉਨ ਤਹਿ ਕੋ ਛਾਕਤੇ ਹੋਏ ਜਬ ਇਹਨੇ ਮਹਿੰਗੀ ਵਿਕਤੀ ਦੇਖੀ ਇਨਸਾਨ ਸ਼ਖਸੀਅਤ ਸਸਤੀ ਵਿਕਤੀ ਦੇਖੀ ਔਰ ਮੈਨੇ ਅਮਲ ਦਾਸ ਕੇ ਪੀਲੀ ਪੱਤੀਓ ਸੇ ਜ਼ਿੰਦਗੀ ਕੀ ਵਾਟਿਕਾ ਕੋ ਦੇਖਤੇ ਹੋਏ ਸਨਾਮ ਰਾਏ ਜੀ ਕੇ ਵਕਤ ਕੀ ਉਹ ਆਜ਼ਾਦੀਓ ਕੇ ਸੰਘਰਸ਼ ਕੋ ਦੇਖਤੇ ਹੋਏ ਆਜ ਮੁਝੇ ਇਹ ਮੌਕਾ ਮਿਲਾ ਉਸ ਮੌਕੇ ਮੇ ਮੁਝੇ ਆਜ ਅਤੀ ਪ੍ਰਸੰਨਤਾ ਹੋਈ ਔਰਗਨਾਈਜ਼ਰਸ ਨੇ ਪ੍ਰੋਗਰਾਮ ਕੋ ਬਹੁਤ ਅੱਛੇ ਤਰੀਕੇ ਸੇ ਔਰਗਨਾਈਜ਼ ਕੀਆ ਔਰ ਕਾਵਿਆ ਬੋਲਨੇ ਵਾਲੇ ਕਵੀਓ ਨੇ
जिंदगी के हर पहलू को बाखूबी पेश करने का कोशिश किया, जिसे मैं जिंदगी मेरे आने वाले भविष्य को रूबरू हम कैसे देख पाए। किसी ने नशे की उड़ान ली, किसी ने स्वतंत्रता को देखा, किसी ने सपनों को देखा, और उन्होंने पहली पर्सनैलिटी को सलाम करूंगा जिन्होंने उनकी इंट्रोडक्शन को प्रॉपर वे से प्रॉपर प्रेजेंट किया। तो पहले मैं सबसे पहले इस संस्था को, इस सुर संगम को, शौंकी जी को, कृष्ण शौंकी जी को, इसके ऑर्गेनाइजेशन को, ऑर्गेनाइजर्स को बहुत बहुत बधाई देता हूं। उन्होंने बहुत अच्छा प्रोग्राम है। अगर ये शख्सियत होती, इन्होंने रंग भरे होते, खूब रंग भरे, इनके रंगों को आनंद उठाने वाले, रंगों की मस्ती में, नशों की मस्ती में चूमने वाले, देखने वाले ना होते तो भी फंक्शन ठीक कर रहा था। अब मैं कवियों को कहूंगा इन जनता के लिए आप जोरदार हो दाड़ियां दी ताकि अगली बार आपको और श्रोता मिले। ज्यादातर कवि दरबारों में मैं बहुत कम जाता हूँ और टीवी में देख लेता हूँ, चाहे आप थोड़ा सोइए पर मुझे हकीकत दिखती है। कवि दरबार चल रहा है, गैमा गैमी है, अच्छी अपने गैस आए, कॉलोनी हुई, प्रोसेस चलता रहा, कवि बोलते रहे, एंड में मैंने देखा पांच छह कवि रह गए। मैंने क्या बात है, कहता ये तीन बोलने वाले का बोल रहा हूँ, बाकी अपना बोल के उनका काम हो गया, चले गए। पर मुझे खुशी है आज जो शख्सियत शुरू में थी अंत तक, वो हर शख्सियत यहाँ पूरी मन से, तन से, अंतरूप अंतर से प्रेजेंट है। क्लैपिंग फॉर द ऑर्गेनाइजर्स, कवि और आप श्रोताओं के लिए, हम ऐसे ही मिलते रहे। मेरा वादा है इस तरह के ऑर्गेनाइजर्स, ऑर्गेनाइजेशन के हर कदम में मेरा कदम, आपका कदम इनके साथ रहेगा। अज मन में बहुत ही खुशी ते सुकून प्राप्त होया है कि अज साडे छोटे वीर शौकी कंबोज ने सदवासी लाला सुनाम राज की याद में जो कवि दरबार करवाया है, एक बहुत ही शलाघायोग और साढ़े सारे वास्ते एक प्रेरणा है। क्योंकि जिस तरह शौकी लाल दस रहे ने कि असी सन 80 तो बहुत मेले, बहुत सभ्याचार प्रोग्राम कराए, पर जो अज इस कवि दरबार में सानू सीखने को मिले है, शायद असी ये असी 40 साल जिंदगी ऐसे ही गवा दे। क्योंकि अज असी उन्होंने याद ताज़ा कर रहे हैं जिन्होंने लाला सुनाम राज जी ने साडे वास्ते, देश वास्ते कुर्बानी की। सो मैं शौकी जी की पूरी टीम का बहुत धन्यवादी हाँ कि जिन्होंने ये प्रोग्राम करवाया, और मैं शौकी जी को यह विश्वास दूंगा जे मैं अज तो 40 साल पहला तुहाडा साथ किया है, तुम जो भी मर्जी मैनू इस प्रोग्राम याद करोगे, मैं तन मन धन नाल तुहाडे दा खड़ा। फिर दोबारा साहब इतने आने धन्यवाद। जय हिंद जी।